ਸਸਿਆ ਦੋਸਤੋ ਮੈਂ ਅਜੇ ਬਾਂਸਲ ਬਾਂਸਲ ਇਮੀਗ੍ਰੇਸ਼ਨ ਤੋਂ ਹਾਂਜੀ ਦੋਸਤੋ ਸਾਡੇ ਨਾਲੇ ਭਵਨਪ੍ਰੀਤ ਜੀ ਜਿਨ੍ਹਾਂ ਦੀ ਅੱਜ ਪੀਆਰ ਗ੍ਰਾਂਟ ਹੋਈ ਆ ਹਾਂਜੀ ਦੋਸਤੋ ਇਹਨਾਂ ਦੀ ਅੱਜ ਪੀਆਰ ਗ੍ਰਾਂਟ ਹੋਈ ਹੈ ਜੀ ਭਵਨਪ੍ਰੀਤ ਜੀ ਕੁਝ ਕਿ ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਆਏ ਸੀ ਮਾਸਟਰ ਆਫ ਮਕੈਨੀਕਲ ਇੰਜੀਨੀਅਰ ਕਰਨ ਦੀ ਉਸ ਤੋਂ ਬਾਅਦ ਸਾਡੇ ਕੋਲ ਆਏ ਜੀ ਇਹਨਾਂ ਦੀ ਅਸੀਂ ਸਕਿੱਲ ਅਸੈਸਮੈਂਟ ਕਰਾਈ ਐਜ਼ ਅ ਮਕੈਨੀਕਲ ਇੰਜੀਨੀਅਰ ਤੇ ਫਿਰ ਇਹਨਾਂ ਦੀ ਅੱਗੇ ਅਸੀਂ ਈਵਾਈ ਲਾਂਚ ਕੀਤੀ ਬਧੇਰੇ ਆਧਾਰ ਚੜਾ ਵਾਈ ਤੇ ਆਖਰ ਨੂੰ ਇਹਨਾਂ ਦਾ ਇਨਵੀਟੇਸ਼ਨ ਆਇਆ ਜੀ ਪਿਛਲੇ ਸਾਲ ਤੇ ਅਸੀਂ ਇਹਨਾਂ ਦੀ ਪੀਆਰ ਅਪਲਾਈ ਕੀਤੀ ਤੇ ਅੱਜ ਇਹ ਸਾਡੇ ਨਾਲ ਨੇ ਤੇ ਇਹਨਾਂ ਦੀ ਪੀਆਰ ਗ੍ਰਾਂਟ ਹੋ ਚੁੱਕੀ ਹੈ ਜੀ ਤੇ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰਨਗੇ ਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਬੰਸ ਲਿਮੀਗੇਸ਼ਨ ਦਾ ਸਪੈਸ਼ਲੀ ਅਜੇ ਸਰ ਦਾ ਜਿਨ੍ਹਾਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਂ ਪਹਿਲਾਂ ਹੀ ਜਦੋਂ ਸਟਾਰਟਿੰਗ ਦੇ ਵਿੱਚ ਆਇਆ ਸੀ ਆਪਣੇ ਸਟੂਡੈਂਟ ਵੀਜ਼ੇ ਦੇ ਮੈਂ ਸਭ ਤੋਂ ਮਤਲਬ ਆਉਣ ਤੋਂ ਇੱਕ ਮਹੀਨਾ ਬਾਅਦ ਹੀ ਮੈਨੂੰ ਸਾਰੇ ਕਹਿ ਰਹੇ ਸੀ ਕਿ ਕੋਰਸ ਚੇਂਜ ਕਰ ਲਓ ਆਈ ਟੀ ਲੈ ਲਓ ਇੱਦਾਂ ਕਰ ਲਓ ਤੇ ਉਹ ਚੀਜ਼ ਦੀ ਸੁਜੈਸ਼ਨ ਲੈਣ ਲਈ ਮੈਂ ਇਹਨਾਂ ਕੋਲ ਆਇਆ ਸੀ ਇਹਨਾਂ ਨੇ ਮੈਨੂੰ ਨਹੀਂ ਕਿਹਾ ਕਿ ਕੋਰਸ ਚੇਂਜ ਕਰ ਲਓ ਮੈਂ ਉਸੇ ਕੋਰਸ ਦੇ ਵਿੱਚ ਪ੍ਰੋਸੀਡ ਕੀਤਾ ਉਸ ਤੋਂ ਬਾਅਦ ਆਪਾਂ ਉਸ ਦੇ ਵਿੱਚ ਸਕਿੱਲ ਅਸੈਸਮੈਂਟ ਕਰਵਾਈ ਤੇ ਮਤਲਬ ਮੈਂ ਜਦੋਂ ਆਇਆ ਸੀ ਤਾਂ ਉਦੋਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਂ ਇਸ ਵਾਰੀ ਪੀ ਆਰ ਉਹਦੇ ਲਈ ਜਾਊਂਗਾ ਕਿ ਵਿਕਟੋਰੀਆ ਮੈਨੂੰ ਨੋਮੀਨੇਟ ਕਰੂਗਾ ਤੇ ਮੈਨੂੰ 190 ਦੀ ਪੀ ਆਰ ਆਊਗੀ ਤੇ ਪਰ ਇਹਨਾਂ ਦੀ ਸਹੀ ਗਾਈਡੈਂਸ ਦੇ ਨਾਲ ਤੇ ਇਹਨਾਂ ਨੇ ਮੇਰੀ ਯੂਆਈ ਅਪਲਾਈ ਕੀਤੀ ਤੇ ਉਹ ਨੋਮੀਨੇਸ਼ਨ ਆ ਗਈ ਤੇ ਅੱਜ ਮੈਨੂੰ ਫਾਈਨਲੀ ਪੀ ਆਰ ਗ੍ਰਾਂਟ ਹੋ ਗਈ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਜੀ ਥੈਂਕ ਯੂ ਜੀ